ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਕੀਰਤੀ, ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿਊਯਾਰਕ ਵਿੱਚ ਮਨਜੀਤ ਸਿੰਘ ਜੀਕੇ ਤੇ ਹੋਏ ਹਮਲੇ ਨੂੰ ਮਦਭਾਗਾ ਦੱਸਿਆ ਹੈ। ਨਿਊਯਾਰਕ ਵਿੱਚ ਮਨਜੀਤ ਸਿੰਘ ਜੀਕੇ ਤੇ ਹੋਏ ਹਮਲੇ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੰਦਭਾਗਾ ਦੱਸਿਆ। ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਦੋਸ਼ੀਆਂ ਦੇ ਵਿਰੁੱਧ ਇਕਜੁੱਟ ਹੋਣ ਨੂੰ ਕਿਹਾ ਤਾਂ ਜੋ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ। ਸਰਦਾਰ ਮਨਜੀਤ ਸਿੰਘ ਜੀਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵਿਦੇਸ਼ ਵਿੱਚ ਗਏ ਹੋਏ ਨੇ, ਉਹਨਾਂ ਦੇ ਉੱਤੇ ਜੋ ਅਟੈਕ ਕੀਤਾ ਗਿਆ, ਹਮਲਾ ਕੀਤਾ ਗਿਆ ਹੈ, ਬਹੁਤ ਹੀ ਮੰਦਭਾਗੀ ਘਟਨਾ ਹੈ। ਇਹੋ ਜਿਹੇ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਵੀ ਲੋਕ ਨੇ, ਸਮੁੱਚੀਆਂ ਸਿੱਖ ਸੰਗਤਾਂ, ਉਹਨਾਂ ਦੇ ਵਿਰੋਧ ਵਿੱਚ ਉਹਨਾਂ ਦੇ ਉੱਤੇ ਕੇਸ ਦਰਜ ਕਰਾਉਣ ਤਾਂ ਕਿ ਉਹਨਾਂ ਨੂੰ ਐਸੀ ਕੀਤੀ ਹਮਾਕਤ ਦੀ ਸਜ਼ਾ ਅਵਸ਼ ਮਿਲਣੀ ਚਾਹੀਦੀ ਹੈ। ਬੇਅਦਬੀ ਕਾਂਡ ਵਿੱਚ ਹਿੰਮਤ ਸਿੰਘ ਦੇ ਇਲਜ਼ਾਮਾਂ ਨੂੰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਹੀ ਕਰਾਰ ਦਿੱਤਾ ਹੈ। ਬੇਅਦਬੀ ਕਾਂਡ ਵਿੱਚ ਅਹਿਮ ਗਵਾਹ ਮੰਨੇ ਜਾਂਦੇ ਹਿੰਮਤ ਸਿੰਘ ਦੇ ਇਲਜ਼ਾਮਾਂ ਨੂੰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਹੀ ਕਰਾਰ ਦਿੱਤਾ ਹੈ। ਇੱਥੋਂ ਤੱਕ ਕਿ ਬਿਕਰਮ ਮਜੀਠੀਆ ਨੇ ਕਾਂਗਰਸ ਦੇ ਸੀਨੀਅਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ CBI ਤੋਂ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਵਿੱਚ ਜਦੋਂ ਮਜੀਠੀਆ ਅਤੇ ਹਿੰਮਤ ਸਿੰਘ ਦੇ ਯੂ-ਟਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਰੰਧਾਵਾ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਖੁਦ ਸੁਖਜਿੰਦਰ ਸਿੰਘ ਰੰਧਾਵਾ ਬਿਆਨ ਤਿਆਰ ਕਰ ਹਿੰਮਤ ਸਿੰਘ ਨੂੰ ਜਸਟਿਸ ਕੋਲ ਲੈ ਗਏ ਸਨ, ਜਿੱਥੇ ਉਹਨਾਂ ਕੋਲੋਂ ਜ਼ਬਰਦਸਤੀ ਸਾਈਨ ਕਰਵਾਏ ਗਏ। ਇਸ ਲਈ ਹੁਣ ਹਿੰਮਤ ਸਿੰਘ ਦੀ ਜਾਨ ਨੂੰ ਖਤਰਾ ਹੈ। ਦੱਸ ਦਈਏ ਕਿ ਹਿੰਮਤ ਸਿੰਘ ਆਪਣੇ ਦਿੱਤੇ ਬਿਆਨਾਂ ਤੋਂ ਮੁਕਰ ਗਏ ਸਨ, ਜਿਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ 'ਤੇ ਜ਼ਬਰਦਸਤੀ ਬਿਆਨ ਦਿਵਾਉਣ ਦੇ ਇਲਜ਼ਾਮ ਵੀ ਲਾਏ ਸਨ। ਜਦਕਿ ਰੰਧਾਵਾ ਦਾ ਕਹਿਣਾ ਹੈ ਕਿ ਹਿੰਮਤ ਸਿੰਘ ਤਾਂ ਇਸ ਕੇਸ ਵਿੱਚ ਗਵਾਹ ਹੀ ਨਹੀਂ ਹੈ, ਕਿਉਂਕਿ ਉਹ ਬਿਨਾਂ ਮੰਨਣ 'ਤੇ ਬਿਆਨ ਦਰਜ ਕਰਵਾਉਣ ਆਏ ਸੀ। ਜਦਕਿ ਇਸ ਕੇਸ ਨਾਲ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਉਹਨੇ ਕੋਈ ਯੂ-ਟਰਨ ਨਹੀਂ ਲਿਆ। ਪੰਜਾਬ ਸਰਕਾਰ ਦੇ ਮੰਤਰੀ ਸੁੱਖੀ ਰੰਧਾਵਾ ਨੇ ਉਹਨੂੰ ਬਿਆਨ ਤਿਆਰ ਕਰਕੇ ਦਿੱਤੇ, ਉਹਨਾਂ ਨਾਲ ਕਈ ਵਾਰੀ ਮੁਲਾਕਾਤਾਂ ਕੀਤੀਆਂ, ਉਹਨੂੰ ਹਰ ਤਰੀਕੇ ਨਾਲ ਪ੍ਰੈਸ਼ਰਾਈਜ਼, ਅੱਜ ਵੀ ਉਹਦੀ ਜਾਨ ਨੂੰ ਖਤਰਾ, ਅੱਜ ਵੀ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ, ਉਹਦੇ ਪਰਿਵਾਰ ਨੂੰ ਪਰੇਸ਼ਾਨ ਤੰਗ ਕੀਤਾ ਜਾ ਰਿਹਾ। CBI ਇਨਕੁਆਇਰੀ ਸੁੱਖੀ ਰੰਧਾਵੇ ਦੇ ਖਿਲਾਫ ਔਰ ਜਸਟਿਸ ਰਣਜੀਤ ਸਿੰਘ ਦੇ ਖਿਲਾਫ ਕਿ ਉਹਨਾਂ ਨੇ ਐਡੇ ਸੈਂਸਿਟਿਵ ਮੁੱਦੇ ਤੇ ਪੰਜਾਬ ਨੂੰ ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੀ ਮੰਗ ਕਰਦੇ ਆ। ਬਰਗਾੜੀ ਕਾਂਡ ਦੇ ਮੁੱਖ ਗਵਾਹ ਹਿੰਮਤ ਸਿੰਘ ਦੇ ਬਿਆਨਾਂ ਤੋਂ ਪਲਟਣ ਪਿੱਛੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦਾ ਹੱਥ ਦੱਸਿਆ ਹੈ। ਬਰਗਾੜੀ ਕਾਂਡ ਦੇ ਮੁੱਖ ਗਵਾਹ ਹਿੰਮਤ ਸਿੰਘ ਦੇ ਬਿਆਨ ਤੋਂ ਪਲਟਣ ਪਿੱਛੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦਾ ਹੱਥ ਦੱਸਿਆ ਹੈ। ਖਹਿਰਾ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਪਤਾ ਲੱਗ ਚੁੱਕਾ ਹੈ ਕਿ ਵਿਧਾਨ ਸਭਾ ਸੈਸ਼ਨ ਵਿੱਚ ਉਹਨਾਂ ਦਾ ਕਾਣ ਹੋਣ ਵਾਲਾ ਹੈ, ਇਸ ਲਈ ਉਹਨਾਂ ਵੱਲੋਂ ਇਹੋ ਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਖਹਿਰਾ ਨੇ ਕਿਹਾ ਹੈ ਕਿ ਇੱਕ ਗਵਾਹ ਮੁਕਰਨ ਨਾਲ ਕੋਈ ਫਰਕ ਨਹੀਂ ਪਵੇਗਾ। ਇਹ ਜਿਹੜਾ ਮੁਕਰਾਇਆ ਗਿਆ ਵਾ, ਇਹ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਪਤਾ ਕਿ ਸਾਡਾ ਕਾਣ ਹੋਣ ਵਾਲਾ ਵਾ। ਇਹਨਾਂ ਨੂੰ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਗੇ ਇਹ, ਇਸ ਲਈ ਇਸ ਤਰ੍ਹਾਂ ਦੇ ਚੀਪ ਹੱਥਕੰਡੇ ਉਹ ਅਖਤਿਆਰ ਕਰ ਰਹੇ ਨੇ। ਹਿੰਮਤ ਸਿੰਘ ਦੇ ਮੁਕਰਨ ਦੇ ਨਾਲ ਬਰਗਾੜੀ ਕਮਿਸ਼ਨ ਦੀ ਰਿਪੋਰਟ ਅਤੇ ਉਹਦੇ ਐਕਸ਼ਨ 'ਤੇ ਅਗਰ ਅਮਰਿੰਦਰ ਸਿੰਘ ਐਕਸ਼ਨ ਲੈਣਾ ਚਾਹੁੰਦੇ ਨੇ ਉਹਦੇ 'ਤੇ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਕਹਿੰਦਾ ਕਿ ਹਿੰਮਤ ਸਿੰਘ ਦੇ ਖਿਲਾਫ਼ ਪਰਜਰੀ ਯਾਨੀ ਕਿ ਝੂਠਾ ਐਫੀਡੇਵਿਟ ਦੇਣਾ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਪਤਾ ਲੱਗੇ ਪੰਜਾਬ ਸਰਕਾਰ ਦੇ ਵਿੱਚ ਜਾਨ ਹੈ ਤਾਂ, ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜਾਨ ਹੈ ਤਾਂ ਹਿੰਮਤ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕੇਰਲਾ ਵਿੱਚ ਹੜ੍ਹ ਸੰਬੰਧੀ ਦੁਬਈ ਨੇ $100 ਮਿਲੀਅਨ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਆਓ ਦੇਖਦੇ ਹਾਂ ਇੱਕ ਰਿਪੋਰਟ। ਕੇਰਲਾ 'ਚ ਸਭ ਤੋਂ ਵੱਡੇ ਹੜ੍ਹ ਨੇ ਤਬਾਹੀ ਮਚਾ ਰੱਖੀ ਹੈ। ਬੇਹਾਲ ਹੋਏ ਸੂਬੇ ਨੂੰ ਸਥਿਤੀ 'ਚੋਂ ਉਭਾਰਨ ਲਈ ਹਰ ਪਾਸਿਓਂ ਮਦਦ ਲਈ ਹੱਥ ਵਧਾਏ ਜਾ ਰਹੇ ਹਨ। ਮੁਸੀਬਤ ਦੀ ਇਸ ਕੜੀ 'ਚ ਦੇਸ਼ ਦੇ ਹਰ ਕੋਨੇ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਕੇਰਲਾ ਲਈ ਮਦਦ ਆ ਰਹੀ ਹੈ। ਹੁਣ ਤੱਕ ਦੀ ਸਭ ਤੋਂ ਵੱਡੀ ਮਦਦ ਐਲਾਨੀ ਗਈ ਹੈ ਦੁਬਈ ਨੇ, ਜੋ ਭਾਰਤ ਸਰਕਾਰ ਦੀ ਸਹਾਇਤਾ ਰਾਸ਼ੀ ਨਾਲੋਂ ਵੀ ਕਰੀਬ 1.5 ਗੁਣਾ ਜ਼ਿਆਦਾ ਹੈ। ਭਾਰਤ ਸਰਕਾਰ ਨੇ ਕੇਰਲਾ ਲਈ 500 ਕਰੋੜ ਦੀ ਮਦਦ ਦਾ ਐਲਾਨ ਕੀਤਾ ਹੈ, ਜਦਕਿ ਦੁਬਈ ਨੇ ਕੇਰਲਾ ਨੂੰ ਮੁੜ ਲਈ ਤੇ ਲਿਆਉਣ ਲਈ $100 ਮਿਲੀਅਨ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ, ਜੋ ਭਾਰਤੀ ਕਰੰਸੀ 'ਚ 700 ਕਰੋੜ ਰੁਪਏ ਰਾਸ਼ੀ ਬਣਦੀ ਹੈ। ਅਤੇ ਕੇਰਲਾ ਦੇ 8 ਲੱਖ ਕਾਮੇ ਅਜਿਹੇ ਹਨ ਜੋ ਦੁਬਈ 'ਚ ਕੰਮ ਕਰਦੇ ਹਨ, ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਲਈ ਦੁਬਈ ਦੇ ਵਿਕਾਸ 'ਚ ਵੱਡਾ ਹਿੱਸਾ ਪਾਇਆ ਸੀ। ਬੇਗੋਵਾਲ ਦੇ ਨੌਜਵਾਨ ਨੇ ਅਮਰੀਕਾ ਜਾਣ ਲਈ ਏਜੰਟ ਨੂੰ $24 ਲੱਖ ਦਿੱਤੇ ਸਨ, ਪਰ ਰਸਤੇ 'ਚ ਉਸਨੂੰ ਕੁੱਝ ਖਾਣ ਲਈ ਨਾ ਮਿਲਣ ਕਰਕੇ ਉਸਦੀ ਮੌਤ ਹੋ ਗਈ।
ਵਿਦੇਸ਼ ਜਾਣ ਦਾ ਸੁਪਨਾ ਤਾਂ ਹਰ ਕੋਈ ਦੇਖਦਾ ਹੈ, ਪਰ ਵਿਦੇਸ਼ ਪਹੁੰਚਣ ਦਾ ਸੁਪਨਾ ਕਿਸੇ ਕਿਸੇ ਦਾ ਸਾਕਾਰ ਹੁੰਦਾ ਹੈ। ਇੱਕ ਅਜਿਹਾ ਹੀ ਮਾਮਲਾ ਬੇਗੋਵਾਲ 'ਚ ਸਾਹਮਣੇ ਆਇਆ, ਜੋ ਕਿ ਇੱਕ ਅਜਿਹਾ ਹੀ ਸੁਪਨਾ ਦੇਖਿਆ ਸੀ ਬੇਗੋਵਾਲ ਦੇ ਦਵਿੰਦਰ ਸਿੰਘ ਨੇ, ਜਿਸ ਨੇ ਅਮਰੀਕਾ ਜਾਣ ਲਈ 24 ਲੱਖ ਰੁਪਇਆ ਏਜੰਟ ਨੂੰ ਦੇ ਕੇ ਅਮਰੀਕਾ ਜਾਣ ਲਈ ਤਿਆਰ ਤਾਂ ਹੋ ਗਿਆ, ਪਰ ਸ਼ਾਇਦ ਉਹ 2 ਨੰਬਰ ਦੇ ਰਸਤੇ ਤੋਂ ਅਣਜਾਣ ਸੀ। ਜਦੋਂ ਘਰੋਂ ਤੁਰਿਆ, ਸਭ ਤੋਂ ਪਹਿਲਾਂ ਉਹ ਗ੍ਰੀਸ ਪਹੁੰਚਿਆ, ਫਿਰ ਇਟਲੀ ਹੁੰਦਾ ਹੋਇਆ ਮੈਕਸੀਕੋ ਦੇ ਬਾਰਡਰ 'ਤੇ ਪਹੁੰਚਿਆ, ਜਿੱਥੇ ਮੌਤ ਉਸਦੀ ਉਡੀਕ ਕਰ ਰਹੀ ਸੀ। ਜਦੋਂ ਭੁੱਖੇ ਪਾਣੀ ਜੰਗਲਾਂ 'ਚ ਰਹਿਣ ਕਰਕੇ ਦਵਿੰਦਰ ਸਿੰਘ ਨੂੰ ਪਾਣੀ ਤੱਕ ਨਾ ਨਸੀਬ ਹੋਇਆ, ਤਾਂ ਉੱਥੇ ਹੀ ਉਸਦੀ ਮੌਤ ਹੋ ਗਈ। ਜਦੋਂ ਦਵਿੰਦਰ ਸਿੰਘ ਦੇ ਘਰਦਿਆਂ ਦਾ ਉਸ ਤੋਂ ਸੰਪਰਕ ਟੁੱਟਿਆ ਅਤੇ ਉਹਨਾਂ ਨੇ ਪੈਰਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਮਰੀਕਾ ਪਹੁੰਚੇ ਦਵਿੰਦਰ ਦੇ ਸਾਥੀਆਂ ਤੋਂ ਉਸਦੀ ਮੌਤ ਦੀ ਖਬਰ ਉਸਦੇ ਘਰਦਿਆਂ ਨੂੰ ਮਿਲੀ। ਵੀ ਜਿਹੜਾ ਬੇਟੇ ਮੇਰੇ ਦਾ ਫੋਨ ਸੀ ਅਤੇ ਉੱਥੇ ਇਹਨਾਂ ਨੇ ਕਮਰੇ 'ਚ ਰੱਖ ਲਿਆ, ਅਤੇ ਇੱਕ ਇਹਦਾ ਦੋਸਤ ਸੀ ਮੁੰਡਾ ਕੋਲ ਨਾਲ ਦਾ ਗੌਰਵ, ਉਹਦਾ ਫੋਨ ਉਹਦੇ ਕੋਲ ਸੀ, ਉਹ 'ਤੇ ਮੇਰੀ ਵਿੱਚ ਗੱਲ ਹੁੰਦੀ ਰਹੀ ਹੈ। 2 ਵਾਰੀ ਗੱਲ ਹੋਈ ਹੈ, ਫਿਰ ਮੇਰੀ ਆਖਰੀ 6 ਨੂੰ ਹੋਈ ਹੈ, 6 ਜੁਲਾਈ ਨੂੰ। ਅਤੇ 6 ਜੁਲਾਈ ਦੇ ਵਿੱਚ ਉਹਨਾਂ ਨੇ ਉਦੋਂ ਜਦੋਂ ਮੈਂ ਫੋਨ ਲਾਇਆ ਰਾਤ ਦੇ ਇੱਧਰ 12:00 ਵਜੇ ਸੀ, ਉਦੋਂ ਉਸ ਟਾਈਮ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਅਸੀਂ ਕੋਈ 2-3 ਘੰਟੇ ਦਾ ਰਸਤਾ ਜੀ ਹੋ ਰਿਹਾ ਹੈਗਾ ਅਤੇ ਅਸੀਂ ਪਹੁੰਚ ਜਾਣਾ, ਅਤੇ ਮੁੜ ਕੇ ਜਿਹੜਾ ਇਹ ਫੋਨ ਇਹ ਵੀ ਅਸੀਂ ਇੱਥੇ ਕਿਤੇ ਉੱਧਰ ਉੱਧਰ ਮਤਲਬ ਜਿਵੇਂ ਸੁੱਟ ਸੁੱਟ ਜਾਂਦੇ ਨੇ ਉਹ ਬਾਰਡਰ ਤੋਂ। ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ, 1.5 ਮਹੀਨਾ ਹੋ ਗਿਆ। ਕਾਰਨ ਮੇਨ ਇਹ ਹੋਇਆ ਬਈ ਸਾਨੂੰ ਤਾਂ ਜਿਹੜੇ ਜਿਵੇਂ 10 ਪਈ ਹੈ ਉਹ ਇਹੋ ਗੱਲ ਕਹਿੰਦੇ ਜਦੋਂ ਮਸੀਕੋ ਤੋਂ ਚੱਲੇ ਨੇ ਬੱਸ 'ਚ ਅਤੇ ਉੱਥੇ ਰਾਹ 'ਚ ਖਾਣਾ ਪੀਣਾ ਨਹੀਂ ਮਿਲਿਆ ਨਾ ਕੁਛ, ਭੁੱਖੇ ਭੁੱਖੇ ਭਾਣੇ 2 ਦਿਨ ਗਏ ਨੇ, ਅਤੇ ਜਿੱਥੇ ਫਿਰ ਇਹਨਾਂ ਨੇ ਮਤਲਬ ਵੀ ਪਤਾ ਨਹੀਂ ਕਿਹੜੀ ਜਗ੍ਹਾ 'ਤੇ ਨਾ ਉਤਾਰਿਆ ਲਾਇਆ ਉਹਨਾਂ ਨੇ ਜੰਗਲ 'ਚ ਲਾਹ ਤਾ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜੰਗਲ ਦੇ 'ਚ ਕੋਈ ਪਤਾ ਨਹੀਂ ਲੱਗਾ ਵੀ ਕਿੱਧਰ ਜਾਣਾ ਕਿੱਧਰ ਆਉਣਾ, ਉੱਥੇ ਪਾਣੀ ਨਹੀਂ ਧਾਣੀ ਨਹੀਂ ਕੁਛ ਨਹੀਂ ਮਿਲਿਆ ਉਹਨਾਂ ਨੂੰ, ਅਤੇ ਉੱਥੇ ਬੇਹੋਸ਼ ਆ ਕੇ ਡਿੱਗ। ਦੱਸਿਆ ਯਾਰ ਜੁਲਾਈ 6 ਨੂੰ ਆਖਰੀ ਵਾਰ ਗੱਲ ਹੋਈ ਸੀ, ਤਕਰੀਬਨ ਮਹੀਨਾ 1.5 ਮਹੀਨਾ ਡੇਢ ਮਹੀਨਾ ਵੀ, ਅਤੇ ਕੀ ਉਦੋਂ ਹੀ ਡੈਥ ਹੋ ਗਈ ਸੀਗੀ? ਉਦੋਂ ਜਦੋਂ ਕਹਿੰਦੇ ਗਏ ਨੂੰ ਉਦੋਂ ਡੈਥ ਹੋ ਗਈ। ਪਰਿਵਾਰ ਮੁਤਾਬਿਕ ਦਵਿੰਦਰ ਦੇ ਨਾਲ ਗਏ ਇੱਕ ਹੋਰ ਨੌਜਵਾਨ ਜੋ ਕਿ ਨਵਾਂ ਸ਼ਹਿਰ ਦਾ ਸੀ, ਉਸਦੀ ਵੀ ਮੌਤ ਹੋ ਗਈ। ਬਿਊਰੋ ਰਿਪੋਰਟ, ਸਾਂਝ ਟੀਵੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ, ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਸਾਂਝ ਟੀਵੀ। ਧੰਨਵਾਦ।